ਸ਼੍ਰੀਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵਾਲ ਬਾਲੀਵੁੱਡ। ਕੋਈ ਜ਼ਮਾਨਾ ਸੀ ਜਦੋਂ ਫਿਲਮਾਂ ਬਣਨ ਨੂੰ ਦੋ ਦੋ ਸਾਲ ਲੱਗ ਜਾਂਦੇ ਸੀ, ਪਰ ਹੁਣ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਗੀਤਾ ਵਾਂਗੂ ਫਿਲਮਾਂ ਤਿਆਰ ਹੋਈ ਜਾਂਦੀਆਂ ਨੇ। ਅਤੇ ਇਸ ਲਿਸਟ ਦੇ ਵਿੱਚ ਇੱਕ ਹੋਰ ਨਵੀਂ ਫਿਲਮ ਗਿੱਦੜ ਸਿੰਘੀ ਵੀ ਸ਼ਾਮਿਲ ਹੋ ਗਈ ਹੈ। ਦੇਖੋ ਆ ਰਿਪੋਰਟ। ਗੀਤਾ ਵਾਂਗੂ ਬਣ ਰਹੀਆਂ ਪੰਜਾਬੀ ਫਿਲਮਾਂ 'ਚ ਇੱਕ ਹੋਰ ਪੰਜਾਬੀ ਫਿਲਮ ਸ਼ਾਮਿਲ ਹੋ ਗਈ ਹੈ। ਜੀ ਹਾਂ, 17 ਫਰਵਰੀ ਨੂੰ ਸ਼ੁਰੂ ਹੋਈ ਜੋੜਨ ਸੰਧੂ ਸਟਾਰਰ ਫਿਲਮ ਗਿੱਦੜ ਸਿੰਘੀ ਬਣ ਕੇ ਤਿਆਰ ਹੈ। ਜਾਣੀ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਦੇ ਸੈੱਟ ਤੋਂ ਕਾਫੀ ਮਜ਼ੇਦਾਰ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ, ਇਸ ਫਿਲਮ 'ਚ ਦੋ ਪੰਜਾਬੀ ਸਰਦਾਰ ਰਵਿੰਦਰ ਗਰੇਵਾਲ ਤੇ ਜੋੜਨ ਸੰਧੂ ਲੀਡ ਰੋਲ 'ਚ ਦੇਖਣ ਨੂੰ ਮਿਲਣਗੇ। ਜੇਕਰ ਫਿਲਮਾਂ 'ਚ ਜੋੜਿਆਂ ਦੀ ਗੱਲ ਕੀਤੀ ਜਾਵੇ ਤੇ ਜੋੜਨ ਸੰਧੂ ਦੇ ਨਾਲ ਰੁਬੀਨਾ ਬਾਜਵਾ ਨਜ਼ਰ ਆਵੇਗੀ। ਅਤੇ ਉੱਥੇ ਹੀ ਦੂਜੇ ਪਾਸੇ ਪੰਜਾਬੀ ਫਿਲਮਾਂ 'ਚ ਡੈਬਿਊ ਕਰ ਰਹੇ ਆਰਟਿਸਟ ਕਰਨ ਮਹਿਤਾ ਦੇ ਨਾਲ ਇੰਸਪੈਕਟਰ ਦਾ ਰੋਲ ਨਿਭਾ ਰਹੀ ਸਵੀਟੀ ਕੌਰ ਜਾਨੀ ਕਿ ਸਾਨਵੀ ਦੀਵਾਨ ਨਜ਼ਰ ਆਵੇਗੀ। ਵੈਲ, ਵਿਪਿਨ ਪ੍ਰਾਸ਼ਰ ਦੁਆਰਾ ਡਾਇਰੈਕਟ ਕੀਤੀ ਗਈ ਇਹ ਪੰਜਾਬੀ ਫਿਲਮ ਗਿੱਦੜ ਸਿੰਘੀ ਇਸੇ ਸਾਲ ਗਰਮੀਆਂ 'ਚ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ। ਰਿਪੋਰਟ ਬਾਏ ਵਾਇਰਲ ਬਾਲੀਵੁੱਡ।